ਨਸਕਾਰ ਖਬਰਾਂ ਦੇ ਬੁਲੇਟਿਨ 'ਚ ਸਵਾਗਤ ਮੈਂ ਹਾਂ ਕੁਸਮ ਸੋਨੀਆ ਸਭ ਤੋਂ ਪਹਿਲਾਂ ਚੌਥੀਆ ਖਬਰਾਂ ਕੇਂਦਰੀ ਕੈਬਨਟ ਨੇ ਆਟੋ ਉਦਯੋਗ ਆਟੋ ਕੰਪੋਨੈਂਟ ਅਤੇ ਡਰੋਨ ਉਦਯੋਗ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਯੋਜਨਾ ਨੂੰ ਮਨਜ਼ੂਰੀ ਦਿੱਤੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਕਾਫੀ کارਗਰ ਸਾਬਤ ਹੋਈ ਹੈ ਤੇ ਇਸ ਸਕੀਮ 'ਚ ਹੁਣ ਆਟੋ ਕੰਪੋਨੈਂਟ ਅਤੇ ਡਰੋਨ ਸੈਕਟਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਰਬ ਭਾਰਤੀ ਪ੍ਰੈਜ਼ਾਈਡਿੰਗ ਅਫਸਰਾਂ ਦੀ ਕਿਆਸਮੀ ਕਾਨਫਰੰਸ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕੀਤਾ ਲੋਕ ਸਭਾ ਸਪੀਕਰ ਨੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਹੈ ਦਿੱਲੀ ਸਰਕਾਰ ਨੇ ਇਸ ਵਾਰ ਵੀ ਦੀਵਾਲੀ ਤੇ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਸਟੋਰੇਜ ਤੇ ਇਸਤੇਮਾਲ ਤੇ ਪੂਰਨ ਪਾਬੰਦੀ ਲਗਾਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਗਾ ਦੇ ਸਿਵਲ ਹਸਪਤਾਲ 'ਚ ਬਣੇ ਪੰਜਾਬ ਇਸਤਰੀਆਂ ਵਾਲੇ ਜੱਚਾ ਬੱਚਾ ਵਿੰਗ ਦਾ ਰਸਮੀ ਉਦਘਾਟਨ ਕੀਤਾ। ਧੰਨ ਖਬਰਾਂ ਵਿੱਚ ਸਾਥਨ। ਕੇਂਦਰੀ ਕੈਬਨਿਟ ਵੱਲੋਂ ਅੱਜ ਕਈ ਮਹੱਤਵਪੂਰਨ ਫੈਸਲੇ ਲਏ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਆਟੋ ਉਦਯੋਗ ਆਟੋ ਕੰਪੋਨੈਂਟ ਅਤੇ ਡਰੋਨ ਉਦਯੋਗ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਕੈਬਨਿਟ ਮੀਟਿੰਗ ਮਗਰੋਂ ਪ੍ਰੈਸ ਬਰੀਫਿੰਗ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕ ਸਿੰਘ ਠਾਕੁਰ ਅਸ਼ਵਨੀ ਵੈਸ਼ਨਵ ਅਤੇ ਐਲ ਮੁਰਗਨ ਨੇ ਕੈਬਨਿਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ अनुराग ठाकुर ਨੇ ਦੱਸਿਆ ਕਿ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਕਾਫੀ ਕਾਰਗਰ ਸਾਬਤ ਹੋਈ ਹੈ ਇਸ ਸਕੀਮ ਵਿੱਚ ਹੁਣ ਆਟੋ ਕੰਪੋਨੈਂਟ ਅਤੇ ਡਰੋਨ ਸੈਕਟਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਹ ਸਕੀਮ 5 ਸਾਲ ਲਈ ਲਾਗੂ ਰਹੇਗੀ ਇਸ ਨਾਲ ਆਟੋਮੋਬਾਈਲ ਸੈਕਟਰ ਵਿੱਚ ਪੂੰਜੀਕਾਰੀ ਵਧਣ ਦੀ ਉਮੀਦ ਹੈ ਇਸ ਦੇ ਨਾਲ ਨਾਲ ਦਰਾਮਦ ਵਿੱਚ ਵੀ ਕਮੀ ਆਵੇਗੀ अनुराग ਠਾਕੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਟੋ ਸੈਕਟਰ ਲਈ 25938 ਕਰੋੜ ਰੁਪਏ ਮਨਜ਼ੂਰ ਕੀਤੇ ਨੇ इस तहत इलेक्ट्रिक मोटर गड्डिया उत्पादन हाइड्रोजन फ्यूल वहीकल मिलेगी इसमान के, के, के लिए ऑटो इंडस्ट्री जो है जो हमारी ऑटोमोबो कंपोन इंडस्ट्री और ड्रोन इंडस्ट्री के लिए इसके कुल मिलाकर

ਸਮਝਿਆ ਜਾ ਰਿਹਾ ਹੈ ਕਿ AGR ਨਾਲ ਜੂਝ ਰਿਹਾ ਟੈਲੀਕਮ ਸੈਕਟਰ ਲਈ ਇਹ ਇੱਕ ਵੱਡੀ ਖਬਰ ਹੈ ਮੰਤਰੀ ਨੇ ਇਹ ਵੀ ਦੱਸਿਆ ਕਿ ਟੈਲੀਕਮ ਕੰਪਨੀਆਂ ਦੀ ਮਹੀਨਾਵਾਰ ਵਿਆਜ ਦਰ ਨੂੰ ਹੁਣ ਸਾਲਾਨਾ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੈਨਲਟੀ ਵਿੱਚ ਵੀ ਰਾਹਤ ਦਿੱਤੀ ਗਈ ਹੈ ਟੈਲੀਕਮ ਸਪੈਕਟ੍ਰਮ ਦੀ ਮਿਆਦ ਵੀ ਹੁਣ 20 ਸਾਲ ਤੋਂ ਵਧਾ ਕੇ 30 ਸਾਲ ਕਰ ਦਿੱਤੀ ਗਈ ਹੈ ਆਪ ਸਭ ਕੋ ਪਤਾ ਹੈ ਕਿਸ ਤਰ੍ਹਾਂ ਸੇ ਪਬਲਿਕ ਸੈਕਟਰ ਅੰਡਰਟੇਕਿੰਗਸ ਪੇ ਪਾਵਰ ਗ੍ਰਿਡ ਮੇ ਪ੍ਰੋਬਲਮਸ ਆਈ ਥੀ ਕੈਪਟਿਵ ਯੂਜ਼ਰਸ ਆਫ ਸਪੈਕਟ੍ਰਮ ਕੇ ਉੱਪਰ ਵੀ ਪ੍ਰੋਬਲਮ ਆਈ ਥੀ ਉਹਨ ਸਭ ਪ੍ਰੋਬਲਮਸ ਕੋ ਏਜੀਆਰ ਕੀ ਡੈਫੀਨੇਸ਼ਨ ਡੈਫੀਨੇਸ਼ਨ ਕੋ ਰੈਸ਼ਨਲਾਈਜ਼ ਕਰਕੇ ਇੱਕ ਸੈਕਟਰ ਦਾ ਬਹੁਤ بڑا ਪੁਰਾਣਾ ਕੰਟੈਂਸ਼ੀਅਸ ਲਿਟਿਗੇਟਿਡ ਇਸ਼ੂ ਕੋ ਅੱਜ ਸੋਲਵ ਕੀਤਾ ਗਿਆ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਲੋਕਤੰਤਵ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਹੈ। ਅੱਜ ਸਰਵ ਭਾਰਤੀ ਪ੍ਰੈਜ਼ਾਈਡਿੰਗ ਅਫਸਰਾਂ ਦੀ ਕਸ਼ਮੀਰੀ ਕਾਨਫਰੰਸ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਓਮ ਬਿਰਲਾ ਨੇ ਕਿਹਾ ਕੇ ਜਨਪ੍ਰਤਿਨਧੀਆਂ ਦੇ ਗੈਰ ਸੰਸਦੀ ਵਤੀਰੇ ਦੀਆਂ ਘਟਨਾਵਾਂ ਪਿਛਲੇ ਸਾਲਾਂ ਦੌਰਾਨ ਵਧੀਆਂ ਨੇ ਜਿਸ ਨਾਲ ਸੰਸਥਾ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਪ੍ਰੈਜ਼ਾਈਡਿੰਗ ਅਸਟਰਾਂ ਦੀ ਇਹ ਕਾਨਫਰੰਸ ਅੱਜ 15 ਸਤੰਬਰ ਨੂੰ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮੌਕੇ ਕਰਵਾਈ ਗਈ ਇਸ ਕਾਨਫਰੰਸ ਦੌਰਾਨ ਪ੍ਰਭਾਵਸ਼ਾਲੀ ਅਤੇ ਅਰਥ ਭਰਪੂਰ ਲੋਕਤੰਤਰ ਲਈ ਵਿਧਾਨਪਾਲਿਕਾ ਦੀ ਭੂਮਿਕਾ ਤੇ ਵਿਚਾਰ ਚਰਚਾ ਕੀਤੀ ਗਈ ਓਮ ਬਿਰਲਾ ਨੇ ਕਿਹਾ ਕਿ ਹਿੰਦੀ ਭਾਸ਼ਾ ਸਾਡੀ ਕੌਮੀ ਪਛਾਣ ਹੈ ਉਹਨਾਂ ਨੇ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਦੌਰਾਨ ਹਿੰਦੀ ਸਾਡੇ ਦੇਸ਼ ਦੀ ਕੌਮੀ ਮਾਣ ਦਾ ਪ੍ਰਤੀਕ ਬਣ ਗਈ अज हिंदी नारत की एक संपर्क भाषा वजो जाना है जान तो हिंदी का साहित्य कला सिनेमा मीडिया भरपूर इस्तेमाल हो रहा है हमने वैश्विक मंचों से जुड़कर संपूर्ण विश्व में लोकतांत्रिक मूल्यों के पोषण संरक्षण और संवर्धन के लिए अग्रिम भूमिका निभाने का संकल्प लिया है मुझे आशा है उन संकल्पों एवं प्रतिबद्धताओं को पूर्ण करने की दिशा में विश्व के सभी देशों की संसदों द्वारा साझा प्रयास किए जाएंगे सतारवीं भारत अमरीका आर्थिक कॉन्फ्रेंस को संबोधन करद भारत के रक्षा मंत्री राजनाथ सिंह ने कहा कि, कि पूरी दुनिया कोरोना कारण आर्थिक गिरावट नाल जूझ रही है ਉਹਨਾਂ ਕਹੇ ਕਿ ਲਗਾਤਾਰ 2 ਸਾਲ ਆਰਥਿਕ ਵਿਕਾਸ ਨੂੰ ਬਹੁਤ ਝਟਕਾ ਲੱਗਾ। ਰਾਜਨਾਥ ਸਿੰਘ ਨੇ ਕਿਹਾ ਕਿ ਆਰਥਿਕ ਵਿਕਾਸ ਵਿੱਚ ਭਾਰਤੀ ਉਦਯੋਗ ਜਗਤ ਦੀ ਵੱਡੀ ਭੂਮਿਕਾ ਹੈ। ਉਹਨਾਂ ਕਹੇ ਕਿ ਇਸ ਸਾਲ ਪਹਿਲੀ ਤਿਮਾਹੀ ਵਿੱਚ ਆਰਥਿਕ ਵਿਕਾਸ ਦਰ ਵਿੱਚ 20% ਦਾ ਵਾਅਦਾ ਦਰਜ ਕੀਤਾ ਗਿਆ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਆਰਥਿਕ ਵਿਕਾਸ ਵੱਲ ਵਧ ਰਿਹਾ ਹੈ। ਭਾਰਤ ਵਿੱਚ ਕੋਰੋਨਾ ਤੋਂ ਬਚਾਅ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਾਰਤ ਨੇ 75 ਕਰੋੜ ਤੋਂ ਵੱਧ ਟੀਕੇ ਲਗਾ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। पार्टनर कोशियर एंड कंपनी डेरियो सज्जनो इंडो अमेरिकन चैम्बर ऑफ कॉमर्स द्वारा आयोजित यह इंडो यूएस इकोनॉमिक समिट ऐसे समय में हो रही है जब एक ग्लोबल पैंडेमिक के साथ साथ पूरी दुनिया कई इकोनॉमिक और जियो चैलेंजेस का भी सामना कर रही है कोविड नाइन्टीन के कारण दुनिया भर में सप्लाई डिस्ट्रप्शन इंडस्ट्रियल एक्टिविटी में डाउन टर्न ट्रेवल और टूरिज्म सेक्टर में लगभग स्टैंड स्टिल सिचुएशन के चलते लगातार दो साल इकोनॉमिक ग्रोथ को बहुत बड़ा झटका लगा है अब जाकर फिस्कल ईयर 21-22 में हालात सुधरते हुए दिखाई दे रहे हैं ਦੂਰਦਰਸ਼ਨ ਅੱਜ ਆਪਣਾ 62ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ 15 ਸਤੰਬਰ 1959 ਨੂੰ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੇ ਦੂਰਦਰਸ਼ਨ ਦੇ ਪਹਿਲੇ ਪ੍ਰਸਾਰਣ ਦਾ ਉਦਘਾਟਨ ਕੀਤਾ 1959 ਵਿੱਚ ਇੱਕ ਛੋਟੀ ਦੀ ਯੂਰੋਪੀਅਨ ਕੰਪਨੀ ਨੇ ਅੰਤਰਰਾਸ਼ਟਰੀ ਐਕਸਪੋ ਦੌਰਾਨ ক্লোਜ਼ਡ ਸਰਕਟ ਟੀਵੀ ਉਪਕਰਨ ਦੀ ਪ੍ਰਦਰਸ਼ਨੀ ਲਗਾਈ ਇਸ ਐਕਸਪੋ ਦੇ ਅੰਤ ਵਿੱਚ ਇਹ ਉਪਕਰਨ ਭਾਰਤ ਦੇ ਲੋਕਾਂ ਨੂੰ ਤੋਹਫੇ ਵਜੋਂ ਸੌਂਪ ਦਿੱਤੇ ਗਏ ਭਾਰਤ ਸਰਕਾਰ ਨੇ ਇਸ ਦੀ ਵਰਤੋਂ ਸ਼ੁਰੂ ਵਿੱਚ ਵਿਦਿਅਕ ਮੰਤਵ ਲਈ ਕੀਤੀ ਆਲ ਇੰਡੀਆ ਰੇਡੀਓ ਦੇ ਇੰਜੀਨੀਅਰਾਂ ਨੇ ਇਹਨਾਂ ਉਪਕਰਨਾਂ ਨਾਲ ਪ੍ਰਯੋਗ ਕੀਤਾ ਤੇ ਇਸ ਨੂੰ ਪਹਿਲੇ ਟੀਵੀ ਪ੍ਰਸਾਰਣ ਲਈ ਵਰਤਿਆ 15 ਸਤੰਬਰ ਭਾਰਤ ਵਿੱਚ ਇੰਜੀਨੀਅਰਸ ਡੇ ਵਜੋਂ ਵੀ ਮਨਾਇਆ ਜਾਂਦਾ ਹੈ ਸ਼ੁਰੂ ਸ਼ੁਰੂ ਵਿੱਚ ਟੀਵੀ ਪ੍ਰਸਾਰਣ ਹਫ਼ਤੇ ਵਿੱਚ ਦੋ ਵਾਰ ਸਿਰਫ ਅੱਧੇ ਘੰਟੇ ਦਾ ਹੁੰਦਾ ਸੀ ਜਿਸ ਦੌਰਾਨ ਵਿਕਾਸ ਅਤੇ ਵਿਦਿਅਕ ਸ਼ੋਅ ਚਲਾਏ ਜਾਂਦੇ ਸਨ ਦੂਰਦਰਸ਼ਨ ਲਈ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਵੱਲੋਂ ਇੱਕ ਨਵੀਂ ਸਿਗਨੇਚਰ ਇਮੇਜ ਵਜੋਂ ਇਜਾਦ ਕੀਤੀ ਗਈ ਤੇ ਪੰਡਿਤ ਰਵੀ ਸ਼ੰਕਰ ਨੇ ਇਹ ਸਿਗਨੇਚਰ ਟਿਊਨ ਤਿਆਰ ਕੀਤੀ ਸਮਾਬਿਤਨ ਨਾਲ ਦੂਰਦਰਸ਼ਨ ਤੇ ਖਬਰਾਂ ਦਾ ਪ੍ਰਸਾਰਣ ਸ਼ੁਰੂ ਹੋਇਆ। ਇਸ ਤੋਂ ਬਾਅਦ ਫੀਚਰ ਫਿਲਮਾਂ ਚਤ੍ਰਹਾਰ, ਫੁੱਲ ਖਿਲੇ ਹਨ, ਗੁਲਸ਼ਨ ਗੁਲਸ਼ਨ ਸਮੇਤ ਹੋਰ ਪ੍ਰੋਗਰਾਮ ਵੀ ਵਿਖਾਏ ਜਾਣ ਲੱਗੇ। ਦੂਰਦਰਸ਼ਨ ਲੋਕਾਂ ਵਿਚਾਲੇ ਇੱਕ ਸੰਪਰਕ ਬਣ ਗਿਆ। ਏਸ਼ੀਅਨ ਖੇਡਾਂ ਦੌਰਾਨ ਦੂਰਦਰਸ਼ਨ ਦਾ ਰੰਗੀਨ ਪ੍ਰਸਾਰਣ ਸ਼ੁਰੂ ਹੋਇਆ। ਪਹਿਲਾ ਰੰਗੀਨ ਪ੍ਰਸਾਰਣ 15 ਅਗਸਤ ਨੂੰ 1982 ਨੂੰ ਹੋਇਆ ਜਦ ਕੌਮੀ ਪ੍ਰੋਗਰਾਮ ਸ਼ੁਰੂ ਕੀਤੇ ਗਏ। ਅੱਜ ਦੂਰਦਰਸ਼ਨ ਇੱਕ ਖੁਦਮੁਖਤਿਆਰ ਜਨ ਸੇਵਾ ਪ੍ਰਸਾਰਕ ਹੈ ਜੋ ਪ੍ਰਸਾਰ ਭਾਰਤੀ ਦੀਆਂ ਡੋਅ ਡਿਵੀਜ਼ਨਾਂ ਵਿੱਚੋਂ ਇੱਕ ਹੈ। ਭਾਰਤ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਦੂਰਦਰਸ਼ਨ ਸਟੂਡੀਓ ਅਤੇ ਟ੍ਰਾਂਸਮਿਟਰ ਮੂਲ ਢਾਂਚਾ ਦੇ ਲਿਹਾਜ਼ ਨਾਲ ਭਾਰਤ ਦਾ ਸਭ ਤੋਂ ਵੱਡਾ ਪ੍ਰਸਾਰਕ ਸੰਗਠਨ ਨਖਰਾਬ ਹੋਵੇ ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ ਦੋ ਤਾਰ ਸਰੰਗੀਆਂ ਦੀ ਤੇ ਮਾਇਆ ਤੇਰੀ ਨੌਕਰ ਹਾਂ ਤੇ ਮਾਇਆ ਤੇਰੀ ਨੌਕਰ ਹਾਂ ਤੇਰੀਆਂ ਸੰਗੀਆਂ ਦੀ ਮਾਇਆ ਤੇਰੀ ਨਾ ਕਰਿਆ ਨਾਲ ਤੇਰੀਆਂ ਸੰਗੀਆਂ ਦੀ ਮਾਇਆ ਤੇਰੀ ਨਾ ਕਰਿਆ ਨਾਲ ਤੇਰੀਆਂ ਸੰਗੀਆਂ ਦੀ ਦਿੱਲੀ ਸਰਕਾਰ ਨੇ ਇਸ ਵਾਰ ਵੀ ਦੀਵਾਲੀ ਤੇ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਸਟੋਰੇਜ ਅਤੇ ਇਸਤੇਮਾਲ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਸ ਬਾਰੇ ਐਲਾਨ ਕੀਤਾ ਕੇਜਰੀਵਾਲ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਦੀਵਾਲੀ ਦੇ ਤਿਉਹਾਰ ਤੇ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਅਰਮਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਟਾਕਿਆਂ ਨੂੰ ਸਟੋਰ ਕਰਕੇ ਨਾ ਰੱਖਣ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕਾਰੋਬਾਰ ਵਿੱਚ ਭਾਰੀ ਨੁਕਸਾਨ ਹੋਵੇਗਾ। ਪਿਛਲੇ ਸਾਲ ਦੀਵਾਲੀ ਤੇ ਪਟਾਕਿਆਂ ਤੇ ਮੁਕੰਮਲ ਪਾਬੰਦੀ ਦੇ ਐਲਾਨ ਵਿੱਚ ਦੇਰੀ ਕਾਰਨ ਉਨ੍ਹਾਂ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਚੱਲਣਾ ਪਿਆ ਸੀ ਜਿਨ੍ਹਾਂ ਪਟਾਕੇ ਸਟਾਕ ਕਰਕੇ ਰੱਖੇ ਸਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿਛਲੇ ਸਾਲ 9 ਨਵੰਬਰ ਤੋਂ 3 ਨਵੰਬਰ ਤੱਕ ਕੌਮੀ ਰਾਜਧਾਨੀ ਖੇਤਰ ਤੋਂ ਇਲਾਵਾ ਉਹਨਾਂ ਸਾਰੀਆਂ ਥਾਵਾਂ ਤੇ ਪਟਾਕਿਆਂ ਤੇ ਮੁਕੰਮਲ ਪਾਬੰਦੀ ਲਗਾਈ ਸੀ ਜਿੱਥੇ ਹਵਾ ਦਾ ਔਸਤ ਮਿਆਰ ਖਰਾਬ ਸ਼੍ਰੇਣੀ ਤੋਂ ਹੇਠਾਂ ਸੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸਨੇ ਭਾਰਤ ਦੀ ਆਜ਼ਾਦੀ 'ਚ ਯੋਗਦਾਨ ਪਾਉਣ ਵਾਲੇ ਮੰਨੇ ਪਰਮੰਨੇ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਨੇ ਆ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਆ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਨ ਸੁਤੰਤਰਤਾ ਸੰਗਰਾਮੀ ਚਾਂਬਕਰਮਨ ਪਿੱਲਈ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਰਿਪੋਰਟ। ਅੱਜ ਦੇ ਦਿਨ 1891 ਚ ਇੱਕ ਅਜੇ ਕ੍ਰਾਂਤੀਕਾਰੀ ਦਾ ਜਨਮ ਹੋਇਆ ਸੀ ਜਿਸ ਨੇ ਨਾ ਸਿਰਫ ਸਾਨੂੰ ਜੈ ਹਿੰਦ ਵਰਗਾ ਜੋਸ਼ੀਲਾ ਨਾਰਾ ਦਿੱਤਾ ਬਲਕਿ ਭਾਰਤ ਦੀ ਆਜ਼ਾਦੀ ਲਈ ਲੜਾਈ ਵੀ ਲੜੀ ਇਸ ਮਹਾਨ ਸੁਤੰਤਰਤਾ ਸੈਨਾਨੀ ਦਾ ਨਾਂ ਚੇਂਪਾ ਕਰਮਨ ਪਿੱਲਈਏ ਜਿਨ੍ਹਾਂ ਨੂੰ ਪਿਆਰ ਨਾਲ ਜੈ ਹਿੰਦ ਪਿੱਲਈ ਵੀ ਕਿਹਾ ਜਾਂਦਾ ਹੈ ਆਜ਼ਾਦੀ ਦੇ دیਵਾਨੇ ਪਿੱਲੇ ਦੀ ਇੱਛਾ ਸੀ ਕਿ ਬ੍ਰਿਟਾਨੀਆਂ ਵਿਰੋਧੀ ਫੌਜ ਬਣਾਉਣਾ ਤੇ ਇਸ ਦੇ ਰਾਹੀਂ ਵਿਦੇਸ਼ੀ ਸ਼ਾਸਨ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਜੈਂਪਾ ਕਰਮਨ ਪਿੱਲਈ ਦਾ ਜਨਮ ਚੇਨਈ ਦੇ ਤ੍ਰਵੇਂਦਰਮ ਦੇ ਇੱਕ ਤਾਮਿਲ ਪਰਿਵਾਰ ਵਿੱਚ ਹੋਇਆ ਸੀ ਬਚਪਨ ਤੋਂ ਹੀ ਰਮਨ ਪਿੱਲੇ ਅੰਗਰੇਜ਼ਾਂ ਦੇ ਖਿਲਾਫ ਰਹੇ ਸਕੂਲੀ ਦਿਨਾਂ ਵਿੱਚ ਹੀ ਉਹਨਾਂ ਨੇ ਆਪਣੇ ਸਕੂਲ ਵਿੱਚ ਜੈ ਹਿੰਦ ਅਤੇ ਜੈ ਹਿੰਦੁਸਤਾਨ ਦਾ ਨਾਅਰਾ ਲਗਾਇਆ ਸੀ ਰਮਨ ਪਿੱਲ ਨੇ ਪ੍ਰਤਿਭਾਸ਼ਾਲੀ ਵਿਦਿਆਰਥੀ ਸਨ ਉਹਨਾਂ ਨੇ ਆਸਟਰੀਆ ਚ ਪੜ੍ਹਾਈ ਕੀਤੀ ਅਤੇ ਇੰਜੀਨੀਅਰਿੰਗ ਵਿੱਚ ਡਿਪਲੋਮਾ ਹਾਸਲ ਕੀਤਾ ਪਿੱਲ ਨੇ ਲੋਕ ਪ੍ਰਸ਼ਾਸਨ ਅਤੇ ਅਰਥ ਸ਼ਾਸਤਰ ਵਿੱਚ ਵੀ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ ਸੀ ਐਨਏ ਨਹੀਂ 12 ਪਛਾਵਾਂ ਤੇ ਉਹਨਾਂ ਦੀ ਡੂੰਗੀ ਪਕੜ ਸੀ 1914 ਵਿੱਚ ਜਦੋਂ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਈ ਪ੍ਰਵਾਸੀ ਭਾਰਤੀ ਕ੍ਰਾਂਤੀਕਾਰੀ ਸੁਤੰਤਰਤਾ ਅੰਦੋਲਨ ਲਈ ਜਰਮਨੀ ਦੀ ਹਮਾਇਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਏ ਇਹਨਾਂ ਕ੍ਰਾਂਤੀਕਾਰੀਆਂ 'ਚ ਇੱਕ ਪਿੱਲਈ ਵੀ ਸਨ ਇਸੇ ਸਿਲਸਿਲੇ 'ਚ ਕ੍ਰਾਂਤੀਕਾਰੀਆਂ ਨੇ ਜ਼ਿਊਰਿਕ ਸਥਿਤ ਜਰਮਨੀ ਦੇ ਦੂਤ ਕਰਨ ਨਾਲ ਸੰਪਰਕ ਕੀਤਾ ਤੇ ਸਤੰਬਰ 1914 ਵਿੱਚ ਇੰਟਰਨੈਸ਼ਨਲ ਪ੍ਰੋ ਇੰਡੀਆ ਕਮੇਟੀ ਦਾ ਗਠਨ ਹੋਇਆ ਤਬ ਪਿੱਲਈ ਹੀ ਉਸ ਦੇ ਪ੍ਰਧਾਨ ਬਣੇ ਕਮੇਟੀ ਦਾ ਮੁਖ ਦਫ਼ਤਰ ਜ਼ਿਊਰਿਕ ਵਿੱਚ ਸੀ ਪਿੱਲਈ ਨੇ ਜ਼ਿਊਰਿਕ ਤੋਂ ਜਰਮਨ ਅੰਗਰੇਜ਼ੀ ਮਹੀਨਾਵਾਰ ਪత్రికਾ ਪ੍ਰੋ ਇੰਡੀਆ ਕਾ ਏਸ ਨੇ ਭਾਰਤ ਦੇ ਵਿਸ਼ਵ ਪਦਰੀ ਨਜ਼ਰੀਏ ਨੂੰ ਜਰਮਨੀ ਸਾਹਮਣੇ ਰੱਖਿਆ ਅਕਤੂਬਰ 1914 ਵਿੱਚ ਪਿੱਲੇ ਨੇ ਭਾਰਤ ਦੀ ਹਮਾਇਤ ਵਿੱਚ ਬਰਲਿਨ ਕਮੇਟੀ ਦੀ ਸਥਾਪਨਾ ਕੀਤੀ ਇਸ ਤੋਂ ਅਗਲੇ ਸਾਲ ਉਹਨਾਂ ਨੇ ਇੰਟਰਨੈਸ਼ਨਲ ਪ੍ਰੋ ਇੰਡੀਆ ਕਮੇਟੀ ਅਤੇ ਬਰਲਿਨ ਕਮੇਟੀ ਨੂੰ ਮਿਲਾ ਕੇ ਇੰਡੀਅਨ ਇੰਡੀਪੈਂਡੈਂਸ ਕਮੇਟੀ ਦਾ ਗਠਨ ਕੀਤਾ ਅੰਗਰੇਜ਼ ਹਕੂਮਤ ਦੇ ਖਿਲਾਫ ਅੰਤਰਰਾਸ਼ਟਰੀ ਮੋਰਚਾ ਬਣਾਉਣ ਲਈ ਪਿੱਲਈ ਨੇ 1914 ਅਤੇ 1917 ਵਿਚਾਲੇ ਇੱਕੋ ਹੀ ਸਮੇਂ 'ਤੇ ਕਈ ਯੋਜਨਾਵਾਂ 'ਤੇ ਕੰਮ ਕੀਤਾ 1915 'ਚ ਕਾਬੁਲ 'ਚ ਕ੍ਰਾਂਤੀਕਾਰੀਆਂ ਨੇ ਅਸਥਾਈ ਸਰਕਾਰ ਗਠਿਤ ਕੀਤੀ ਜਿਸ ਵਿੱਚ ਚੈਂਪਾ ਕਰਮਨ ਪਿੱਲਈ ਵਿਦੇਸ਼ ਮੰਤਰੀ ਦੇ ਰੂਪ 'ਚ ਸ਼ਾਮਲ ਹੋਏ ਕ੍ਰਾਂਤੀਕਾਰੀਆਂ ਦੀ ਯੋਜਨਾ ਤੁਰਕੀ ਅਤੇ ਜਰਮਨ ਸੈਨਿਕਾਂ ਨੂੰ ਅਫਗਾਨਿਸਤਾਨ ਲਿਆਉਣ ਦੀ ਸੀ ਇਹਨਾਂ ਨਾਲ ਉਹ ਅੰਗਰੇਜ਼ ਹਕੂਮਤ ਦੇ ਖਿਲਾਫ ਲੜਾਈ ਸ਼ੁਰੂ ਕਰਨ ਲਈ ਕਾਬੁਲ ਦੀ ਮਦਦ ਕਰਨ ਦੀ ਤਿਆਰੀ ਵਿੱਚ ਸਨ ਕ੍ਰਾਂਤੀਕਾਰੀਆਂ ਦੀ ਯੋਜਨਾ ਉੱਤਰ-ਪੱਛਮੀ ਸਰਹੱਦ ਤੇ ਹਮਲੇ ਦੇ ਨਾਲ-ਨਾਲ ਭਾਰਤੀ ਸੈਨਾ 'ਚ ਬਗਾਵਤ ਕਰਾਉਣਾ ਅਤੇ ਇਸ ਦੇ ਜ਼ਰੀਏ ਅੰਗਰੇਜ਼ ਹਕੂਮਤ ਖਿਲਾਫ ਵਿਦਰੋਹ ਕਰਨਾ ਸੀ ਪਰ ਇਹ ਯੋਜਨਾ ਵਾਨਾਕਾਮ ਰਹੀਆਂ ਅੰਗਰੇਜ਼ਾਂ ਨੇ ਇਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਪਹਿਲੀ ਵਿਸ਼ਵ ਜੰਗ ਖਤਮ ਹੋਣ ਤੋਂ ਬਾਅਦ ਪੱਲਈ ਯੂਰਪ 'ਚ ਰਹੇ ਤੇ ਰਾਸ਼ਟਰੀ ਅੰਦੋਲਨ ਜਾਰੀ ਰੱਖਿਆ 1934 ਵਿੱਚ ਬਰਲਿੰਗ ਚ ਉਹਨਾਂ ਨੇ ਆਖਰੀ ਸਾਹ ਲਿਆ ਉਹਨਾਂ ਦੀ ਅੰਤਿਮ ਇੱਛਾ ਮੁਤਾਬਕ ਤਿਰੰਗੇ ਨਾਲ ਉਹਨਾਂ ਦੀਆਂ ਅਸਥੀਆਂ ਲੈ ਕੇ ਉਹਨਾਂ ਦੀ ਧਰਮਪਤਨੀ ਲక్ష్ਮੀਬਾਈ ਜਹਾਜ਼ ਰਾਹੀਂ ਭਾਰਤ ਵਾਪਸ ਆਈ ਆਜ਼ਾਦੀ ਦੇ ਕੁਝ ਸਾਲਾਂ ਬਾਅਦ ਉਹ ਆਈਐਨਐਸ ਦਿੱਲੀ 'ਚ ਸਵਾਰ ਹੋ ਕੇ ਅਸਥੀਆਂ ਨੂੰ ਮੁੰਬਈ ਤੋਂ ਲੈ ਕੇ ਤ੍ਰਿਵਿੰਦਰਪਮ ਗਈ ਅਤੇ ਉਹਨਾਂ ਨੂੰ ਕਰਮਨੰਦ ਰਿਆਜ ਪ੍ਰਵਾਹ ਕਰ ਦਿੱਤਾ ਅੱਜ ਦੇ ਹੀ ਦਿਨ 1940 ਵਿੱਚ ਕੇਰਲ ਦੇ ਮਾਲਾਬਾਰ ਚ ਅੰਗਰੇਜ਼ ਹਕੂਮਤ ਦੇ ਖਿਲਾਫ ਮਸ਼ਹੂਰ ਅੰਦੋਲਨ ਹੋਇਆ ਸੀ ਸੂਬੇ ਦੀ ਕਾਂਗਰਸ ਕਮੇਟੀ ਨੇ ਮਾਲਾਬਾਰ ਦੇ ਲੋਕਾਂ ਨੂੰ 15 ਸਤੰਬਰ ਦੇ ਦਿਨ ਨੂੰ ਸਾਮਰਾਜਵਾਦ ਵਿਰੋਧੀ ਦਿਵਸ ਦੇ ਰੂਪ ਚ ਮਨਾਉਣ ਦਾ ਸੱਦਾ ਦਿੱਤਾ ਸਮੂਚੇ মালাਬਾਰ ਚ ਸਮਰਾਜਵਾਦ ਦੇ ਖਿਲਾਫ ਜਲੂਸ ਅਤੇ ਮੁਜ਼ਾਰੇ ਹੋਏ ਕਈ ਥਾਵਾਂ ਤੇ ਲੋਕਾਂ ਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ ਮੁਰਾਜਾ ਚ ਪੀੜ ਅਤੇ ਪੁਲਿਸ ਵਿਚਾਲੇ ਹੋਈ ਝੜਪ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਇਸ ਹੱਤਿਆ ਦੇ ਇਲਜ਼ਾਮ ਚ ਪ੍ਰਮੁੱਖ ਕਮਿਊਨਿਸਟ ਨੇਤਾ ਕੇ ਪੀ ਆਰ ਗੋਪਾਲਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਪਰ ਮਹਾਤਮਾ ਗਾਂਧੀ ਅਤੇ ਹੋਰ ਨੇਤਾਵਾਂ ਦੇ ਦਖਲ ਦੇ ਨਾਲ ਉਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੋਗਾ ਦੇ ਸਿਵਲ ਹਸਪਤਾਲ ਵਿੱਚ ਬਣੇ ਪੰਜਾਬ ਬਿਸਤਰਿਆਂ ਵਾਲੇ ਜੱਜਾ ਬੱਚਾ ਵਿੰਗ ਦਾ ਰਸਮੀ ਉਦਘਾਟਨ ਕੀਤਾ ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 5 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਚਾਰ ਮੰਜ਼ਿਲਾ ਹਸਪਤਾਲ ਦਾ ਨਾਮ ਮਾਈ ਦੌਲਤਾਂ ਜੱਜਾ ਬੱਚਾ ਵਾਰਡ ਰੱਖਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 37 ਜੱਜਾ ਬੱਚਾ ਸਿਹਤ ਸੰਭਾਲ ਵਾਰਡਾਂ ਦਾ ਨਾਮ ਮਾਈ ਦੌਲਤਾਂ ਦੇ ਨਾਮ ਤੇ ਰੱਖਣ ਦਾ ਫੈਸਲਾ ਕੀਤਾ ਆ ਗਿਆ ਜਿਸ ਕਿయోగ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਉਹਨਾਂ ਦੀ ਦਾਈ ਮਾਤਾ ਦੌਲਤਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕੀਤੇ ਸਨ ਸਿਹਤ ਮੰਤਰੀ ਨੇ ਕਿਹਾ ਕਿ ਆਈ ਦੇ ਸਮੇ ਨਰਸਿੰਗ ਸਟਾਫ ਹੀ ਦਾਇਆਂ ਵਾਲੀ ਸੇਵਾ ਨਿਭਾਰਿਆ ਹੈ ਇਸ ਕਰਕੇ ਜੱਚਾ ਬੱਚਾ ਹਸਪਤਾਲ ਦਾ ਨਾਮ ਮਾਈ ਦੌਲਤਾ ਦੇ ਨਾਮ ਤੇ ਰੱਖ ਦਿਆ ਮਹਿਲਾ ਸਿਹਤ ਸਟਾਫ ਨੂੰ ਮਾਣ ਬਖਸ਼ਿਆ ਗਿਆ ਹੈ ਉਹਨਾਂ ਅੱਗੇ ਦੱਸਿਆ ਕਿ ਪੰਜਾਬ ਭਰ ਚ 37 ਜੱਚਾ ਬੱਚਾ ਵਾਰਡਾਂ ਵਿੱਚੋਂ 29 ਮੁਕੰਮਲ ਕਰ ਗਏ ਲੈ ਨੇ ਜਦਕਿ 8 ਉਸਾਰੀ ਅਧੀਨ ਨੇ ਇਹਨਾਂ ਤੋਂ ਇਲਾਵਾ 7 ਹੋਰ ਨਵੇਂ ਵਾਰਡ ਤਜਵੀਜ਼ ਕੀਤੇ ਗਏ ਨੇ ਅੱਜ ਦੇ ਸਮਾਗਮ ਵਿੱਚ ਵਿਧਾਨਕਾਰ ਹਰਜੋਤ ਕਮਲ ਸਿੰਘ ਅਤੇ ਮੋਗਾ ਜ਼ਿਲ੍ਹੇ ਦੀ ਸਿਵਲ ਸਰਜਨ ਡਾਕਟਰ ਅਮਰਪ੍ਰੀਤ ਕੌਰ ਬਾਜਵਾਵੀ ਮੌਜੂਦ ਸਨ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਧੰਨਵਾਦ